ਨਮਸਕਾਰ, ਅੱਜ ਦੀਆਂ ਪ੍ਰਮੁੱਖ ਖਬਰਾਂ। ਰੇਕ ਭਾਗ ਵੱਲੋਂ ਪਾਣੀ ਦੀ ਨਿਕਾਸੀ ਰੋਕਣ ਕਾਰਨ ਕੋਟਲਾ ਵਾਸੀ ਪਰੇਸ਼ਾਨ। ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਦੇ ਸਦੀਆਂ ਤੋਂ ਕੁਦਰਤੀ ਬਹਾਵ ਤਹਿਤ ਚੱਲਦੇ ਆ ਰਹੇ ਨਾਲੀਆਂ ਦੇ ਪਾਣੀ ਦੀ ਨਿਕਾਸੀ ਰੇਲਵੇ ਲਾਈਨ ਕੋਲ ਬੰਦ ਹੋਣ ਕਰਕੇ ਪਿੰਡ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਡਾਢਾ ਪਰੇਸ਼ਾਨ ਹੋਣਾ ਪੈ ਰਿਹਾ ਹੈ। ਪਿੰਡ ਦੀ ਸਰਪੰਚ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ ਉਹਨਾਂ ਦੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਬੰਦ ਲਗਾ ਕੇ ਰੋਕ ਦਿੱਤੀ ਹੈ, ਜਿਸ ਕਰਕੇ ਮਰਹੂਮ ਵਿਧਾਇਕ ਗੁਰਬਚਨ ਸਿੰਘ ਦੇ ਯਾਦਗਾਰੀ ਮਾਰਗ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਹੁਣ ਪਿੰਡ ਦੇ ਲੋਕਾਂ ਦੇ ਨਾਲ ਨਾਲ ਹੋਰ ਲੰਘਦੇ ਦਰਜਨਾਂ ਪਿੰਡਾਂ ਦਾ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ। ਜ਼ਿਲ੍ਹਾ ਭਰ ਵਿੱਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਰੋਪੜ ਸਰਕਾਰੀ ਕਾਲਜ ਰੂਪਨਗਰ ਦੀ ਗਰਾਊਂਡ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਜਸਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ, ਜਿਸ ਵਿੱਚ 2500 ਦੇ ਕਰੀਬ ਲੋਕਾਂ ਨੇ ਡਾਕਟਰ ਵਰਿੰਦਰ ਮੋਹਨ ਮੇਨ ਇੰਸਟ੍ਰਕਟਰ ਦੀ ਦੇਖ ਰੇਖ ਵਿੱਚ 45 ਮਿੰਟ ਦੇ ਯੋਗਾ ਪ੍ਰੋਟੋਕਾਲ ਵਿੱਚ ਭਾਗ ਲਿਆ। ਤਨਖਾਹਾਂ ਬਿਨਾਂ ਫਾਕੇ ਕੱਟ ਰਹੀਆਂ ਹਨ ਆਸ਼ਾ ਵਰਕਰਾਂ ਵੱਲੋਂ ਸੰਘਰਸ਼ ਦੀ ਧਮਕੀ। ਆਸ਼ਾ ਵਰਕਰਸ ਨੇ ਦੇ ਫੈਸੀਲੇਟਰ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਕਮੇਟੀ ਰੂਪਨਗਰ ਦੀ ਅਹਿਮ ਮੀਟਿੰਗ ਸਿਵਲ ਸਰਜਨ ਦਫ਼ਤਰ ਰੋਪੜ ਵਿਖੇ ਹੋਈ, ਜਿਸ ਵਿੱਚ ਸਮੁੱਚੀਆਂ ਆਸ਼ਾ ਵਰਕਰਸ ਅਤੇ ਫੈਸੀਲੇਟਰ ਨੂੰ ਮਹੀਨਾ ਮਾਰਚ, ਅਪ੍ਰੈਲ ਅਤੇ ਮਈ ਦੀ ਤਨਖਾਹ ਨਾ ਮਿਲਣ ਕਾਰਨ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਮਾੜੀ ਕਾਰਜਸ਼ੈਲੀ ਬਾਰੇ ਚਰਚਾ ਕੀਤੀ ਗਈ ਅਤੇ ਜ਼ਿਲ੍ਹਾ ਕਮੇਟੀ ਵੱਲੋਂ ਸਿਵਲ ਸਰਜਨ ਨੂੰ ਇੱਕ ਹਫ਼ਤੇ ਅੰਦਰ ਤਨਖਾਹ ਜਾਰੀ ਕਰਨ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਯੂਨੀਅਨ ਵੱਲੋਂ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ। ਭਰਤਗੜ੍ਹ ਵਿੱਚ ਬੱਚਿਆਂ ਦੀ ਸਾਇੰਸ ਗਰੁੱਪ ਦੀ ਸ਼ੁਰੂਆਤ, ਪ੍ਰਵਾਨਗੀ ਦੀ ਫਾਈਲ ਅਜੇ ਵਿਭਾਗ ਕੋਲ। ਰੂਪਨਗਰ ਦੇ ਸਿੱਖਿਆ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਭਰਤਗੜ੍ਹ ਸਕੂਲ 'ਚ ਸਾਇੰਸ ਗਰੁੱਪ ਚਲਾਉਣ ਲਈ ਪ੍ਰਵਾਨਗੀ ਸੰਬੰਧੀ ਫਾਈਲ DPI ਦਫ਼ਤਰ 'ਚ ਭੇਜ ਦਿੱਤੀ ਗਈ ਹੈ। ਇਹਨਾਂ ਛੁੱਟੀਆਂ ਦੇ ਖਤਮ ਹੋਣ ਮਗਰੋਂ ਸਾਇੰਸ ਗਰੁੱਪ ਚਲਾਉਣ ਲਈ ਪ੍ਰਵਾਨਗੀ ਮਿਲ ਜਾਵੇਗੀ। ਨਗਰ ਕੌਂਸਲ ਵੱਲੋਂ RGA ਦੁਕਾਨਦਾਰਾਂ ਲਈ 1,20,00,000 ਰੁਪਏ ਦੀ ਲਾਗਤ ਨਾਲ 50 ਬੂਥ ਬਣਾਉਣ ਸੰਬੰਧੀ ਮਤਾ ਪਾਸ। ਪਿਛਲੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਾਪਰੇ ਅਗਨੀਕਾਂਡ ਤੇ ਪੀੜਤ ਦੁਕਾਨਦਾਰਾਂ ਲਈ ਸਥਾਨਕ ਨਗਰ ਕੌਂਸਲ ਵੱਲੋਂ 50 ਬੂਥ ਬਣਾਉਣ ਲਈ 1,20,00,000 ਰੁਪਏ ਮਨਜ਼ੂਰ ਕਰਨ ਸੰਬੰਧੀ ਮਤਾ ਪਾਸ ਕੀਤਾ ਹੈ। ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਅੱਗ ਕਾਂਡ ਪ੍ਰਭਾਵਿਤ ਦੁਕਾਨਦਾਰਾਂ ਦੀ ਸਹੂਲਤ ਲਈ ਬੱਸ ਅੱਡੇ ਅਤੇ ਸਬਜ਼ੀ ਨਜ਼ਦੀਕ 50 ਨਵੇਂ ਬੂਥ ਬਣਾਉਣ ਸੰਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਗ੍ਰਾਮ ਪੰਚਾਇਤ ਵਿੱਚ ਪਿੰਡ ਲੋਧੀ ਮਾਜਰਾ ਵੱਲੋਂ ਦੁੱਖ ਨਿਵਾਰਨ ਸੇਵਾ ਸੰਸਥਾ ਦੇ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਐਕੂਪ੍ਰੈਸ਼ਰ ਅਤੇ ਫਿਜ਼ੀਓਪੈਥੀ ਕੈਂਪ 20 ਜੂਨ 2019 ਤੋਂ 29 ਜੂਨ 2019 ਤੱਕ ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਲੋਧੀ ਮਾਜਰਾ ਵਿਖੇ ਆਰੰਭ ਹੋਇਆ ਹੈ। ਇਸ ਕੈਂਪ ਵਿੱਚ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਹ ਸਨ ਅੱਜ ਦੀਆਂ ਪ੍ਰਮੁੱਖ ਖਬਰਾਂ। ਕੱਲ੍ਹ ਦੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।